ਆਪਣੇ ਵੱਡਿਆਂ ਦਾਦਿਆਂ ਬਾਬਿਆਂ ਦੇ ਕੋਲੋਂ ਬਾਬਾ ਬੋਤਾ ਸਿੰਘ ਦੀ ਸਾਖੀ ਸੁਣੀ ਆ। ਉਹ ਲਿਖਦਾ ਸਾਖੀ ਬੋਤਾ ਸਿੰਘ ਕੀ ਮੈਂ ਸੁਣੀ ਰਤਨ ਸਿੰਘ ਕਾਨ ਉਹ ਸਿੰਘਣ ਕੀ ਨਿੰਦਿਆ ਸੁਣਤ ਜਿਨ ਕੀਨੋ ਸੀਸ ਕੁਰਬਾਨ ਜਤੀ ਸਭੀ ਤੋਂ ਪਰਨ ਕੋ ਪੂਰੋ ਗੁਰ ਕੋ ਸੇਵਕ ਦਿਲ ਕੋ ਸੂਰੋ ਮਾਝੇ ਮੇਥੋ ਤਾ ਕੋ ਗ੍ਰਾਮ ਬੋਤਾ ਸਿੰਘ ਦਾਸ ਕੋ ਨਾਮ ਜਬੇ ਦੀਏ ਥੇ ਸਿੰਘ ਬੋ ਮਾਰ ਦਿਸੇ ਨਾ ਸੁਣੀਏ ਮਹੀਨੇ ਚਾਰ ਕਹੇ ਸਿੰਘ ਸਭ ਮਰਗਲ ਗਏ ਉਹ ਤੁਰਪਰ ਸਿੰਘ ਖਪਾਏ ਸੁਦੈ ਬੋਤਾ ਸਿੰਘ ਕੋ ਵੱਖ ਰਿਓ ਕਿਨੇ ਫਿਰਤੈ ਦੇਖ ਲਿਓ ਦੇਖਤ ਹੀ ਅਚੰਭੋ ਪਇਓ ਕਹਾ ਸਿੱਖ ਜੇ ਜੀਵਤ ਰਹਿਓ। ਉਹਨੇ ਆਖਿਆ ਓਏ ਸਿੰਘ ਤੇ ਸਾਰੇ ਜਗਰੀਏ ਨੇ ਮਾਰ ਦਿਆ ਇਹ ਨਿਹੰਗ ਸਿੰਘ ਕਿਧਰੋਂ ਆ ਗਿਆ। ਉਹਨੇ ਆਖਿਆ ਕੋਈ ਸਿੰਘ ਨੀਗਾ ਇਹ ਤੇ ਕੁਲੰਕ ਲੱਗਦਾ ਕੋਈ ਸਿੰਘਾਂ ਦੇ ਨਾਂ ਤੇ ਧੱਬਾ ਵਾ ਬੇਰੁਪੀਆ ਲੱਗਦਾ ਕੋਈ। ਜਦੋਂ ਬੋਤਾ ਸਿੰਘ ਦੇ ਕੰਨਾਂ ਵਿੱਚ ਇਹ ਬੋਲ ਪਏ ਨਾ ਉਹਨੇ ਆਖਿਆ ਸਿੰਘ ਇਹੋ ਜਿਹੇ ਨਹੀਂ ਹੁੰਦੇ। ਬੋਤਾ ਸਿੰਘ ਨੇ ਜੋ ਸੁਣੀ ਰਹੋ ਤਹਾਂ ਹੀ ਖਲੋਏ ਓ ਜਨ ਕਰ ਬਿੱਛੂ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ। ਸਿੰਘ ਨੂੰ ਇਤਨਾ ਬੋਲੀ ਵੱਜੀ ਓ ਜਿਤਨਾ ਕੋਈ ਬਿੱਛੂ ਡੰਗ ਮਾਰਦਾ। ਸਿੰਘ ਚਿੱਤ ਜੇ ਨਿਸ਼ਚੇ ਧਾਰੀ ਤੇ ਸੀਸ ਲੱਗੇ ਬਿਨ ਗੱਲ ਨਾ ਕਾਰੀ। ਉਹਨੇ ਆਖਿਆ ਜੇ ਕਿਤੇ ਇੱਥੇ ਹੁਣ ਸਿਰ ਧਰਤੀ ਬਾਜੀ ਨਾ ਲਾ ਲਈਏ ਤੇ ਫਿਰ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਕੀ ਹੋਇਆ। ਉਹਨੇ ਆਪਣੇ ਨਾਲ ਦੇ ਭਰਾ ਬਾਬਾ ਗਰਜਾ ਸਿੰਘ ਨਾਲ ਸਲਾਹ ਕੀਤੀ। ਉਹ ਬਾਬਾ ਗਰਜਾ ਸਿਆ ਇਹ ਤੁਰਕਾਂ ਦੀ ਫੌਜ ਕੀ ਆਉਂਦੀ ਆ ਇਹਦੇ ਵੀ ਖਾਲਸਾ ਖਤਮ ਹੋ ਗਿਆ। ਉਹਨੇ ਆਖਿਆ ਹਰਗਜ਼ ਨਹੀਂ ਦਵੇ ਸੂਲ ਮੇ ਛਾਲਾ ਮਾਰਦੇ ਤੁਰਕਾਂ ਦੇ ਸਾਹਮਣੇ ਆਏ ਕੀ ਬੋਲਦੇ ਜੇ ਉਹ ਕੱਚਿਓ ਪਿਲਿਓ। ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ। ਉਹਨੇ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਲਸੇ ਦਾ ਜਨਮ ਦਿਨ ਆ ਸਕਦਾ ਪਰ ਮਰਨ ਦਿਨ ਕਦੇ ਨਹੀਂ ਆ ਸਕਦਾ। ਉਹਨਾਂ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਨਾਰਾ ਲਾਇਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਉਹਨਾਂ ਆਖਿਆ ਸੇ ਖਾਲਸੇ ਨੇ ਰਾਜ ਕਾਇਮ ਕਰ ਲਿਆ ਜੇ ਜਿੰਨੇ ਵੀ ਇੱਥੋਂ ਜਾਣਾ ਨਾ ਉਹ ਖਾਲਸੇ ਨੂੰ ਵਸੂਲ ਦੇ ਕੇ ਜਾਓ ਚੁੰਗੀ ਦੇ ਕੇ ਜਾਓ ਜਗਾ ਦੇ ਕੇ ਜਾਓ। ਇਹ ਘੜੀ ਕੁ ਪਹਿਲਾਂ ਆਉਂਦੇ ਸੀ ਨਾ ਵੀ ਖਾਲਸਾ ਖਤਮ ਹੋ ਗਿਆ ਇਹਦੇ ਅੱਲਾ ਮੀਆਂ ਅੱਜ ਕਿਤੇ ਇਹਨਾਂ ਨਿਹੰਗਾ ਸਿੰਘਾਂ ਤੋਂ ਬਚਾਲਾ ਮੁੜ ਕੇ ਨਹੀਂ ਇਸ ਪੱਗ ਡੰਡੀ ਤੇ ਆਉਂਦੇ। ਲੀਕਾਂ ਕੱਢ ਕੇ ਮਾਫੀਆਂ ਮੰਗ ਕੇ ਜੇਬਾਂ ਢੇਰੀ ਕਰਕੇ ਤੁਰਨ ਲੱਗੇ ਬਾਬਾ ਬੋਤਾ ਸਿੰਘ ਜਿਹੜੇ ਘੜੀ ਕੁ ਪਹਿਲਾਂ ਆਉਂਦੇ ਸੀ ਵੀ ਖਾਲਸਾ ਖਤਮ ਹੋ ਗਿਆ। ਗੁਰੂ ਕੇ ਸਿੱਖੋ ਬਾਬਾ ਬੋਤਾ ਸਿੰਘ ਗਰਜਾ ਸਿੰਘ ਟੋਲ ਪਲਾਜ਼ਾ ਲੈ ਸੀ ਆਨਾ ਗੱਡਾ ਤੇ ਪੈਸਾ ਖੋਤਾ। ਉਹਨੇ ਆਖਿਆ ਬਾਬਾ ਜੀ ਜਦੋਂ ਕੋਈ ਪੈਸਾ ਨਾ ਹੋਵੇ ਉਹ ਆਉਂਦੇ ਉਹ ਬਾਬਾ ਗਰਜਾ ਸਿੰਘ ਨਾਲ ਗੱਲ ਕਰੋ। ਬਾਬਾ ਗਰਜਾ ਸਿੰਘ ਗਏ ਬਾਬਾ ਜੀ ਸਾਡੇ ਕੋਲ ਪੈਸੇ ਨਹੀਂ ਆਖਿਆ ਪੰਜ ਪੰਜ ਟੰਬੇ ਤੁਹਾਨੂੰ ਪੈਣਗੇ ਤੇ ਸਲੋਤਰ ਕਿਹੜਾ ਗੁਰੂ ਕੇ ਸਿੱਖੋ ਹੌਲਾ ਸੀ ਬੇਰੀ ਦਾ ਡੰਡਾ ਵੱਢਿਆ ਸੀ ਤੇ ਇੱਕ ਹੈ ਗਿੱਲਾ ਇੱਕ ਹੈ ਖੂਹੀ ਵਾਲਾ। ਉਹਨੇ ਆਖਿਆ ਬਾਬਾ ਪੰਜ ਕਿੰਨੇ ਸਣੇ ਦੇ ਇੱਕ ਨਾ ਜਾਨ ਨਿਕਲ ਜਾਣੀ ਆ। ਲਾਗ ਲਾਉਂਦਾ ਮੰਮਦੀ ਨਾ ਇੱਥੇ ਪੈਸੇ ਪੈਸੇ ਦੇ ਦੇ ਤੇ ਉੱਥੇ ਜਾ ਕੇ ਮੈਂ ਦਸ ਗੁਣਾ ਲੈ ਲਈਏ ਨਾ ਕੋਈ ਜਾ ਕੇ ਨਾ ਜਾਨ ਬਚਾ। ਗੁਰੂ ਕੇ ਸਿੱਖੋ ਲੀਕਾਂ ਕੱਢ ਕੇ ਮਾਫੀਆਂ ਮੰਗ ਕੇ ਤੁਰਨ ਲੱਗੇ ਤੇ ਕਹਿਣ ਲੱਗੇ ਬਾਬਾ ਜੀ ਇੱਕ ਸਰਕਾਰੀ ਪਰਚੀ ਵੀ ਹੁੰਦੀ ਆ। ਉਹਨੇ ਆਖਿਆ ਪਰਚੀ ਨਹੀਂ ਤੈਨੂੰ ਪਰਚਾ ਦਿੰਦੇ ਆ। ਬਾਬਾ ਬੋਤਾ ਸਿੰਘ ਨੇ ਇੱਕ ਚਿੱਠੀ ਲਿਖ ਕੇ ਭੇਜੀ ਜਿਹਦੇ ਉੱਤੇ ਲਿਖਿਆ ਸੀ ਮੈਂ ਹਾਂ ਸਿੰਘ ਬੋਤਾ ਬੋਤਾ ਹੱਥ ਵਿੱਚ ਮੋਟਾ ਛੋਟਾ ਲਵਾਂ ਜਗਾਤ ਆਨਾ ਗੱਡਾ ਤੇ ਪੈਸਾ ਖੋਤਾ ਉਹ ਤੂਨ ਲੈ ਕੇ ਖੋਤਾ ਇੱਥੋਂ ਰਾਜ ਨਹੀਂ ਹੋਤਾ ਤੂੰ ਜਾਏਗਾ ਤਰ ਕੇ ਰੋਤਾ ਤੂੰ ਕਹਿੰਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਬੋਤਾ। ਭਾਬੀ ਖਾਨੋ ਕਿਉਂ ਗਿਆ ਬਾਬਾ ਬੋਤਾ ਸਿੰਘ ਦੇ ਪਿੰਡ ਪੜਾਣੇ ਵਿਖੇ ਮਾਝੇ 'ਚ ਵਿਆਹੀ ਹੋਈ ਸੀ ਇਸ ਕਰਕੇ ਉਹਨੂੰ ਭਾਈਚਾਰੇ ਨੂੰ ਭਾਬੀ ਕਿਹਾ ਚੜਾਉਣ ਵਾਸਤੇ ਵੀ ਕਿਹਾ। ਜਿਸ ਵੇਲੇ ਚਿੱਠੀ ਲੈ ਕੇ ਜਕਰੀਏ ਦੇ ਦਰਬਾਰ ਵਿੱਚ ਪਹੁੰਚੇ ਜਕਰੀਆ ਸੜਬੜ ਕੇ ਕੋਲੇ ਹੋ ਗਿਆ। ਉਹਨੇ ਆਖਿਆ ਓਏ ਹੈ ਕਿੰਨੇ ਕੁ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕਰ ਲਿਆ। ਉਹਨਾਂ ਆਖਿਆ ਹਾਕਮ ਸਾਹਿਬ ਹੈਗੇ ਤੇ ਸਿਰਫ ਦੋ ਹੀ ਪਰ ਆਪਣੇ ਆਪ ਨੂੰ ਉਹ ਢਾਈ ਲੱਖ ਖਾਲਸਾ ਫੌਜ ਤੋਂ ਆਉਂਦੇ ਢਾਈ ਲੱਖ ਇਹ ਨਿਹੰਗਾ ਸਿੰਘਾਂ ਦੇ ਬੋਲੇ ਆ। ਗੁਰੂ ਕੇ ਸਿੱਖੋ ਪੁਰਾਤਨ ਸਿੰਘਾਂ ਦਾ ਕਿਹੋ ਜਿਹਾ ਜੀਵਨ ਸੀ ਵਾਹਿਗੁਰੂ।
ਅੱਜ ਸਿਰ ਲੈ ਕੇ ਜਾਣੀ ਆ ਉਹ ਜੰਗਲਾਂ ਵਿੱਚ ਰਹਿਣਾ ਮੜਿਆਂ ਦੇ ਬੇਰ ਖਾਣੇ ਗੰਨੇ ਚੂਪ ਕੇ ਗੁਜ਼ਾਰਾ ਕਰ ਲੈਣਾ ਪਰ ਉਦੋਂ ਨਿਤ ਨੇਮ ਗੁਰੂ ਕਿਆ ਸਿੱਖਾਂ ਨੂੰ ਜ਼ਬਾਨੀ ਕੰਠ ਸੀ ਵਾਹਿਗੁਰੂ ਜੀ ਹੁਣ ਪੱਖੇ ਕੂਲਰ ਹੀਟਰ ਮੋਟਰ ਕਾਰਾਂ ਬੈਂਕ ਬੈਲੈਂਸ ਸਭ ਕੁਝ ਮਨੁੱਖ ਵਾਧੂ ਆ ਫੈਸਿਲਿਟੀ ਦਾ ਸਾਰਾ ਹੀ ਸਮਾਨ ਕੋਲ ਆ ਪਰ ਸਵੇਰ ਤੋਂ ਲੱਗ ਕੇ ਸ਼ਾਮ ਤੱਕ ਬੰਦਾ ਕਰਲਾਉਂਦਾ ਵਿਲਕਦਾ ਕਾਰਨ ਕੀ ਆ ਕੁਝ ਘਰਾਂ ਨੂੰ ਛੱਡ ਕੇ ਸਾਡੇ ਘਰਾਂ 'ਚ ਨਿਤ ਨੇਮ ਹੀ ਰਹਿ ਗਿਆ ਤੇ ਮਹਾਰਾਜ ਕਹਿੰਦੇ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਲਾਏ ਬਿਲ ਕਤਕ ਕਰਮ ਕਮਾਵਣੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਿੰਘਵਾ ਜਾ ਕੇ ਪਰਨ ਕਰਿਓ ਕਿ ਜ਼ਿੰਦਗੀ 'ਚ ਇਹੋ ਜਿਹਾ ਕੋਈ ਵੀ ਨਭਾਗਾ ਦਿਨ ਸਾਡਾ ਨਾ ਆਵੇ ਜਿੱਦਣ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦੀ ਸਿਫ ਸਲਾਹ ਵਿੱਚ ਨਾ ਜੁੜੀਏ ਗੁਰੂ ਨਾਨਕ ਮਹਾਰਾਜ ਦੇ ਪਾਵਨ ਬਚਨ ਹਨ ਫੇਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮਹਾਰਾਜ ਤੇਰੇ ਗਾੜੀ ਕਿਹੜੀ ਚੀਜ਼ ਰੱਖੀ ਜਿਹਨਾਂ ਤੇਰਾ ਦਰਬਾਰ ਦੱਸੇ ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਕਿਹੜੇ ਮੂੰਹ ਬੋਲ ਬੋਲੀਏ ਜਿਹਨੂੰ ਸੁਣ ਕੇ ਤੂੰ ਸਾਨੂੰ ਪਿਆਰ ਕਰੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਜਿਹੜਾ ਉਸ ਪਰਮੇਸ਼ਰ ਦੀਆਂ ਵਡਿਆਈਆਂ ਕਰਨ ਦਾ ਵੇਲਾ ਹੁੰਦਾ ਹਰ ਸਾਲ ਗੁਰਮਤਿ ਸਮਾਗਮ ਨੂੰ ਪਤਾ ਲੱਗਾ ਮਹਾਂਪੁਰਸ਼ਾਂ ਦੀ ਜਾਚ ਮਨਾਇਆ ਜਾਂਦਾ ਗੁਰੂ ਕੇ ਸਿੱਖੋ ਜੋ ਸੁਣ ਕੇ ਜਾਣਾ ਤੁਸੀਂ ਸੁਣਿਆ ਕੀ ਤੇ ਉਹਦੀ ਮੁੜ ਕੇ ਕਮਾਈ ਕਰਨੀ ਅਸੀਂ ਸਿੱਖ ਬਣ ਕੇ ਆਏ ਤੇ ਗੁਰਸਿੱਖ ਦੀ ਮੰਜ਼ਿਲ ਤੇ ਪਹੁੰਚਣਾ ਤੇ ਗੁਰਸਿੱਖ ਕਿਹਨੂੰ ਆਉਂਦੇ ਆ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ ਗੁਰਸਿੱਖ ਭੜ ਕੇ ਉੱਠ ਕੇ ਅੰਮ੍ਰਿਤ ਵੇਲੇ ਸਰ ਨਾ ਮੰਦਾ ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ ਕਲੀ ਕਾਲ ਪ੍ਰਗਾਸ ਕਰ ਗੁਰ ਚੇਲਾ ਗੁਰਸੰਦਾ ਗੁਰਮੁਖ ਗਾਡੀ ਰਾਹੋ ਚਲੰਦਾ ਤੋ ਕੈਸਾ ਪ੍ਰੀਤ ਪ੍ਰਾਤਨ ਸਿੰਘਾਂ ਦਾ ਜੀਵਨ ਸੀ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਆ ਉਹ ਸੂਰਮੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਦੋਂ ਜਖਰੀ ਨੇ ਸੁਣਿਆ ਅੱਗ ਲੱਗੀ ਜਲਾਲ ਦੀਨ ਜਰਨੈਲ ਨੂੰ ਆਖਿਆ ਵੀ ਮਨ ਮਰਜ਼ੀ ਦੀ ਫੌਜ ਲੈ ਜਾ ਉਹਨਾਂ ਦਮਾਂ ਨੂੰ ਜਿੰਦਾ ਜਾਂ ਮੁਰਦਾ ਮੇਰੇ ਦਰਬਾਰ 'ਚ ਪੇਸ਼ ਕੀਤਾ ਜਾਵੇ 100 ਜਵਾਨ ਤੇ ਲਾਕੇ ਦੀਆਂ ਧਾੜਾਂ ਲੈ ਕੇ ਜੈ ਅਲੀ ਦੇ ਨਾਰੇ ਲਾਉਂਦਾ ਜਿਸ ਵੇਲੇ ਨੂਰ ਦੀ ਸਰਾਂ ਦੇ ਕੋਲ ਪਹੁੰਚਿਆ ਨਾ ਬਾਬਾ ਬੋਤਾ ਸਿੰਘ ਨੇ ਆਉਂਦੀ ਫੌਜ ਵੇਖ ਕੇ ਇੰਨੀ ਬੁਲੰਦ ਆਵਾਜ਼ ਵਿੱਚ ਜਕਾਰਾ ਲਾਇਆ ਉਹ 100 ਦਾ 100 ਹੀ ਘੋੜਾ ਉੱਥੇ ਰੁਕ ਗਿਆ ਉਹਨੇ ਆਖਿਆ ਓਏ ਦੁਹਾਈ ਖੁਦਾ ਦੀ ਉਹ ਜਿਹਦੀ ਆਵਾਜ਼ ਵਿੱਚ ਇੰਨੀ ਬੁਲੰਦੀ ਆ ਓਏ ਉਹਦੇ ਜਿਸਮ ਵਿੱਚ ਤਾਕਤ ਕਿੰਨੀ ਹੋਏਗੀ 100 ਦੀ ਹਿੰਮਤ ਨਹੀਂ ਪਈ ਬਾਬਾ ਬੋਤਾ ਸਿੰਘ ਨੇ ਆਖਿਆ ਜੇ ਤੁਸੀਂ ਆਉਣ ਤਾਂ ਅਸੀਂ ਤੁਹਾਡੇ ਲਿਆਉਣ ਲੱਗੇ ਜੀ ਜਿੱਦਾਂ ਕੋਈ ਛੇਰ ਛਕਾਰ ਦੇ ਮਗਰ ਭੱਜਦਾ ਨਾ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਇਦਾਂ ਉਹਨਾਂ ਤੁਰਕਾਂ ਦੇ ਮਗਰ ਭੱਜੇ ਪਹਿਲਾਂ ਤੇ ਉਹਨਾਂ ਕੋਲ ਜਿਹੜੇ ਸਲੋਤਰ ਸੀ ਨਾ 2.5-2.5 ਫੁੱਟ ਦੇ ਡੰਡੇ ਪਹਿਲਾਂ ਤੇ ਉਹ ਵਗਾਤੇ ਛੱਡੇ ਫੇਰ ਵਾਲ ਚੋਂ ਢੀਮਾ ਫੁੱਟ ਲੀਆਂ ਢੀਮਾ ਰਤਨ ਸਿੰਘ ਭੰਗੂ ਉਹਨਾਂ ਢੀਮਾ ਦਾ ਵੀ ਜ਼ਿਕਰ ਕਰਦਾ ਮੋਟੇ ਢੀਮ ਫਿਰ ਸਿੰਘਣ ਚਲਾਈ ਹੱਥ ਸਿੰਘਣ ਕੇ ਤੁਰਕਨ ਆਈ ਤੇ ਤੁਰਕਨ ਘੋੜੇ ਤੇ ਹਲਾਈ ਦੋ ਜਵਾਨਾਂ ਨੇ 100 ਦੇ ਘੋੜੇ ਏਕਰਾਂ ਹਲਾ ਕੇ ਰੱਖ ਦਿੱਤੇ ਸੱਚ ਹੈ ਦੂਰ ਹੋ ਕੇ ਜਲਾਲਦੀਨ ਕਹਿਣ ਲੱਗਾ ਬੋਤਾ ਸਿੰਘਾ ਤੇਰੀ ਇਸੇ ਚ ਭਲਾਈ ਆ ਤੂੰ ਹੱਥ ਖੜੇ ਕਰ ਦੇ ਤੇ ਮੈਂ ਤੈਨੂੰ ਜਕਰੀਏ ਖਾਂ ਦੇ ਕੋਲ ਮਾਫ ਕਰਾ ਦੂੰਗਾ ਉਹਨੇ ਆਖਿਆ ਓਏ ਹੋਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਤੇ ਮਾਫੀ ਓਏ ਤੇ ਸਾਡੇ ਗੱਲ ਹੀ ਨਹੀਂ ਅਸੀਂ ਆਈ ਤੁਸੀਂ ਜੇ ਬੋਧੇ ਅਸੀਂ ਆ ਥੋੜੇ ਓ ਜੇ ਕਿਤੇ ਮਰਦਾਂ ਦੇ ਹੱਥ ਜਮਾ ਕੇ ਵੇਖ ਲਈ ਨਾ ਸਾਡੇ ਦੋਹਾਂ ਦੇ ਨਾਲ ਜਿਹੜਾ 4-4 ਕੱਢ ਉਹਨੇ ਜਦੋਂ 94 4-4 ਜਰਨੈਲ ਕੱਢੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਨੇ ਪਹਿਲੀ ਸੱਤੇ ਚੋਆਂ ਦਾ ਸਭਾਇਆ ਕਰਤਾ ਉਹਨੇ ਆਖਿਆ ਹੁਣ ਉਹਨੇ ਆਖਿਆ ਕੱਲੇ ਕੱਲੇ ਨਾਲ ਪੰਜ ਪੰਜ
ਜਦੋਂ ਨੇ ਸਾਬਤ ਸਾਬਤ ਦੁੰਬਾ ਖਾਣ ਵਾਲੇ ਬੁਰਸ਼ਾਂ ਜਿਨ ਦੇ ਪੰਜ ਪੰਜ ਜਵਾਨ ਕੱਢੇ ਉਸ ਵੇਲੇ ਕਲਗੀ ਧਰਦਿਆਂ ਸਿੰਘਾਂ ਨੇ ਰਾਜਨੀਤੀ ਦਿਆਂ ਮਹਿਰ ਸਿੰਘਾਂ ਨੇ ਰਹਿਤਵਾਨ ਸਿੰਘਾਂ ਨੇ ਜਿਤਰਾ ਪੰਜਾਂ ਪੰਜਾਂ ਦਾ ਸਫਾਇਆ ਕੀਤਾ ਦੱਸੀ ਵੀ ਸਾਕੇ ਦੀਆਂ ਲਾਈਨਾਂ ਜਗਰਾਜ ਸਿੰਘ ਹੋ ਗਈ ਕਰ ਕਿਆ ਕਿਨਾਰਾ ਉਹ ਜਿਹਨੂੰ ਕਾਲ ਦੀ ਪੁੱਤਰੀ ਸ਼ੋ ਗਈ ਉਹ ਕਰ ਗਿਆ ਕਿਨਾਰਾ ਜਿਹਨੂੰ ਇੱਕ ਨਾ ਬਾਬਾ ਬੋਤਾ ਸਿੰਘ ਦੀ ਤੇਗ ਵੱਜ ਗਈ ਨਾ ਮੁੜ ਉਹਨੇ ਪਾਣੀ ਨਹੀਂ ਮੰਗਿਆ ਜਦੋਂ ਪੰਜਾਂ ਪੰਜਾਂ ਦਾ ਵੀ ਸਫਾ ਕਰਦਾ ਫਿਰ ਤੁਰਕਾਂ ਨੇ ਦੂਰੋਂ ਤੀਰ ਚਲਾਉਣੇ ਸ਼ੁਰੂ ਕੀਤੇ ਤੀਰ ਤੇ ਸਿੰਘੋ ਜਦੋਂ ਸਿੰਘਾਂ ਦੇ ਤੀਰ ਵੱਜਦਾ ਸੀ ਨਾ ਤੀਰ ਨੂੰ ਪੁੱਟ ਕੇ ਕਹਿੰਦੇ ਸੀ ਤੁਰਕੋ ਇੱਕ ਤੁਮਾਰੇ ਤੀਰ ਹਮਰਾ ਚੀਰ ਨਾ ਸਕੇ ਸਰੀਰ ਵਾਹ ਅੱਜ ਵਰਗੇ ਸੋਲ ਸਰੀਰ ਨਹੀਂ ਸੀ ਕੂਲਰਾਂ ਤੇ ਏਸੀਆਂ ਤੇ ਗਾੜੀ ਸੌਣ ਵਾਲੇ ਨਹੀਂ ਸੀ ਪਾਲੇ ਦੇ ਨਾਲ ਧੁੱਪਾਂ ਦੇ ਨਾਲ ਬਰਸਾਤਾਂ ਦੇ ਨਾਲ ਜਿਹੜਾ ਉਤਲਾ ਜਿਸਮ ਸੀ ਉਹ ਗੈਂਡੇ ਦੀ ਖਲ ਵਰਗਾ ਹੋ ਚੁੱਕਾ ਸੀ ਜਦੋਂ ਤੀਰਾਂ ਨੇ ਵੀ ਕੁਝ ਨਾ ਸਵਾਰਿਆ ਫਿਰ ਤੁਰਕਨ ਬੰਦੂਕ ਸੰਭਾਰੀ ਫਿਰ ਤੁਰਕਾਂ ਨੇ ਬੰਦੂਕ ਚੁੱਕ ਲਈ ਫਿਰ ਤੁਰਕਨ ਬੰਦੂਕ ਸੰਭਾਰੀ ਲਾਵੇ ਸਿੰਘ ਗੋਲੀ ਭਾਰੀ ਜਹਾਂ ਲੱਗੇ ਹੱਟ ਦੇਵੇ ਤੋੜ ਹੁਣ ਬੰਦੂਕ ਦਾ ਕੰਮ ਜਿੱਥੇ ਵੱਜਦੀ ਉੱਥੇ ਛੱਡਦੀ ਕੋਈ ਨਹੀਂ ਪਹਿਲਾਂ ਤੇ ਇੱਕ ਇੱਕ ਹੱਥ ਭੰਨਿਆ ਇੱਕ ਇੱਕ ਫਿਰ ਪੱਟ ਭੰਨਿਆ ਤੇ ਆਖਿਆ ਬੋਤਾ ਸਿੰਘਾਂ ਰੱਖਾਂਗੇ ਤੈਨੂੰ ਆਪਣੇ ਕੋਲ ਅਸੀਂ ਜ਼ਰੂਰ ਵਾਹਿਗੁਰੂ ਪਰ ਰੱਖਾਂਗੇ ਮੁਸਲਮਾਨ ਬਣਾ ਕੇ ਜਦੋਂ ਇਹ ਖੋਟਾ ਬਚਨ ਕੀਤਾ ਨਾ ਬਾਬਾ ਬੋਤਾ ਸਿੰਘ ਨੇ ਇੱਕ ਲੱਤ ਤੇ ਤੁਰ ਕੇ ਉਹਦਾ ਸਿਰ ਪਾੜਿਆ ਉਹਨੇ ਆਖਿਆ ਉਹ ਦਵਾਈ ਖਦਾ ਦੀ ਇਹ ਤੇ ਮਰੇ ਮਰੇ ਵੀ ਨਹੀਂ ਕਿਸੇ ਨੂੰ ਛੱਡਦੇ ਇੱਕਦਮ ਸਾਰੀ ਫੌਜ ਅੱਲਾ ਕਰਕੇ ਪੈ ਜਾਓ ਇੱਧਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਪਸ ਦਵਾਂ ਨੇ ਪਿੱਠਾਂ ਜੋੜ ਲਈਆਂ ਜੇ ਕੋਈ ਤੇਰੇ ਤੇ ਦੁਸ਼ਮਣ ਵਾਰ ਕਰੇ ਉਹਨੂੰ ਮੈਂ ਸੰਭਾਲੂ ਜਿਹੜਾ ਮੇਰੇ ਪਿੱਛੋਂ ਵਾਰ ਕਰੇ ਉਹਨੂੰ ਤੂੰ ਸੰਭਾਲੀ ਟੁੱਕ ਟੁੱਕ ਵੇ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਟੁੱਕ ਟੁੱਕ ਕੇ ਬੋਤਾ ਸਿੰਘ ਗਰਜਾ ਸਿੰਘ ਨੂੰ ਇੰਨਿਆਂ ਛੋਟਿਆਂ ਦੁਸ਼ਟਾਂ ਨੇ ਕਰ ਦਿੱਤਾ ਵੀ ਕਿਤੇ ਫਿਰ ਉੱਠ ਕੇ ਨਾ ਖਲੋ ਜਾਣ ਟੁੱਕ ਟੁੱਕ ਵੇ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਇਨ ਬਿਦ ਸਿੰਘਣ ਸ਼ਹੀਦੀ ਪਾਈ ਧੰਨ ਮਾਤਾ ਧੰਨ ਪਿਤਾ ਉਸ ਭਾਈ ਉਸ ਭਾਈ ਮਾਂ ਤੇ ਪਿਓ ਦੇ ਨਾਂ ਨੂੰ ਮਰਦ ਦੁਨੀਆਂ ਉੱਤੇ ਜਿਉਣ ਜੋਗਾ ਛੱਡ ਕੇ ਸੱਚ ਹੈ ਸ਼ਹੀਦੀ ਬੜੀ ਬੋਤਾ ਸਿੰਘ ਲਈ ਚਾਹੇ ਰਲੇ ਵੇ ਸ਼ੀਤਨ ਡੇਰੇ ਪੀਰ ਪਕੰਬਰ ਜਿਨ ਮਨ ਘੇਰੇ ਸ਼ਹੀਦੀ ਬੜੀ ਬੋਤਾ ਸਿੰਘ ਲਈ ਰਤਨ ਸਿੰਘ ਸੁਣੀ ਸੋਈ ਕਹੀ ਵਾਹ ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪਣੇ ਵੱਡ ਵਡੇਰਿਆਂ ਤੋਂ ਸੁਣਿਆ ਨਾ ਮੈਂ ਉਹੋ ਹੀ ਲਿਖਿਆ ਮੈਂ ਜਰਾ ਜਿੰਨਾ ਵੀ ਬਾਤ ਘੱਟ ਨਹੀਂ ਲਿਖਿਆ ਇਹਨਾਂ ਨੂੰ ਮਨ ਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੂ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੋ ਸਦ ਸਤ ਸੰਗਾ ਖਾਲਸਾ ਮੇਰੋ ਪਿੰਡ ਪ੍ਰਾਣ ਖਾਲਸਾ ਮੇਰੀ ਜਾਨ ਕੀ ਜਾਨ ਕੀ ਜਾਨ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਵਾਹ।